तो बाद एक बार फिर तो स्वागत है। मेरा साथ दे रहे ने अजीत जी, सीपी सिंह जी, सतीश जी, तुहाडे सब दा भी स्वागत है। थैंक यू, धन्यवाद जी। गलबात शुरू करांगे सुप्रीम कोर्ट दा जो एक फैसला आया वा, नवंबर 3 नूं सुप्रीम कोर्ट दी एक बेंच ने फैसला लिया सी कि इंडिया दे विच मूवी थिएटर दे विच जदों भी कोई मूवी प्ले करन तों पहलां नैशनल एंथम प्ले कीता जाऊगा ते थिएटर दे विच मौजूद हर व्यक्ति नूं ਉਦੋਂ ਨੈਸ਼ਨਲ ਐਂਥਮ ਰਾਸ਼ਟਰੀ ਗਾਨ ਦੀ ਮਾਨ ਮਰਿਆਦਾ ਵਾਸਤੇ ਖੜੇ ਹੋਣਾ ਪਊਗਾ। ਉਸ ਤੋਂ ਬਾਅਦ ਇਹ ਮੁੱਦਾ ਕਈ ਟੀਵੀ ਚੈਨਲ ਦੀ ਡਿਬੇਟ ਦਾ ਹਿੱਸਾ ਜ਼ਰੂਰ ਬਣਿਆ, ਕਈ ਦਿਨ ਖਬਰਾਂ ਦਾ ਹਿੱਸਾ ਵੀ ਜ਼ਰੂਰ ਬਣਿਆ, ਕਈ ਇੰਸੀਡੈਂਟ ਵੀ ਸਾਹਮਣੇ ਆਏ ਜਿੱਥੇ ਕਿ ਲੋਕਾਂ ਨੇ ਜਦੋਂ ਖੜੇ ਹੋਣ ਤੇ ਰਿਫਿਊਜ਼ ਕੀਤਾ ਤੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ। ਜਾਂ ਤੁਸੀਂ ਕਹਿ ਸਕਦੇ ਜੋ ਕਿ ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਇੰਸੀਡੈਂਟ ਤੇ ਇਦਾਂ ਦਾ ਵੀ ਸਾਹਮਣੇ ਆਇਆ ਜਿੱਥੇ ਕਿ ਇੱਕ ਅਪਾਹਿਜ ਵਿਅਕਤੀ ਸੀ ਵ੍ਹੀਲਚੇਅਰ ਤੇ ਸੀ ਤੇ ਉਹ ਰਾਸ਼ਟਰੀ ਗਾਨ ਦੇ ਟਾਈਮ ਤੇ ਖੜਾ ਨਹੀਂ ਹੋ ਸਕਦਾ ਸੀ, ਉਹਦੇ ਨਾਲ ਵੀ ਕੁੱਟਮਾਰ ਕਰਨ ਦੇ ਖਬਰਾਂ ਸਾਹਮਣੇ ਆਈਆਂ। ਇੱਕ ਜੋ ਅੱਜ ਜਾਂ ਤੁਸੀਂ ਕਹਿ ਸਕਦੇ ਹੋ ਇੰਡੀਆ ਦੇ ਹਿਸਾਬ ਨਾਲ ਕੱਲ੍ਹ ਫੈਸਲਾ ਆਇਆ ਵਾ ਸੇਮ ਨੈਸ਼ਨਲ ਐਂਥਮ ਦੀ ਸੁਪਰੀਮ ਕੋਰਟ ਦੀ ਬੈਂਚ ਨੇ ਇਹ ਫੈਸਲਾ ਦਿੱਤਾ ਵਾ ਕਿ ਰਾਸ਼ਟਰੀ ਗਾਨ ਦਾ ਪਲੇ ਹੋਣਾ ਮੂਵੀਜ਼ ਤੋਂ ਪਹਿਲਾਂ, ਮੂਵੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗਾਨ ਦਾ ਪਲੇ ਹੋਣਾ ਜ਼ਰੂਰੀ ਨਹੀਂ ਆ, ਤੇ ਜੇ ਮੂਵੀ ਦੇ ਵਿੱਚ ਰਾਸ਼ਟਰੀ ਗਾਨ ਪਲੇ ਹੋ ਰਿਹਾ ਹੋਵੇ, ਨੈਸ਼ਨਲ ਐਂਥਮ ਪਲੇ ਹੋ ਰਿਹਾ ਹੋਵੇ ਤੇ ਉਸ ਦੌਰਾਨ ਥੀਏਟਰਸ ਮੌਜੂਦ ਲੋਕਾਂ ਨੂੰ ਖੜੇ ਹੋਣ ਦੀ ਲੋੜ ਨਹੀਂ ਆ। ਨਵੰਬਰ 30 ਦੇ ਫੈਸਲੇ ਤੋਂ ਬਿਲਕੁਲ ਹੀ ਅੱਡ ਜਾ ਕੇ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਵਾ, ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਨਾਲ ਹੀ ਸੁਪਰੀਮ ਕੋਰਟ ਦੇ ਜੱਜਾਂ ਨੇ ਇਹ ਵੀ ਕਿਹਾ ਕਿ ਦੇਸ਼ ਭਗਤੀ ਤੁਸੀਂ ਕੇਸ ਠੋਸ ਨਹੀਂ ਸਕਦੇ, ਦੇਸ਼ ਭਗਤੀ ਸਿਰਫ ਥੀਏਟਰ ਮੂਵੀ ਥੀਏਟਰ ਦੇ ਵਿੱਚ ਰਾਸ਼ਟਰੀ ਗਾਨ ਮੂਵੀਜ਼ ਤੋਂ ਪਹਿਲਾਂ ਸੁਣਾ ਕੇ ਤੁਸੀਂ ਇਹਨੂੰ ਦੇਸ਼ ਭਗਤ ਨਹੀਂ ਬਣਾ ਸਕਦੇ। ਥੋੜੀ ਜੀ ਟੈਕਨੀਕਲ ਇਸ਼ੂ ਆ ਰਹੀ ਹੈ, ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਪਲੀਜ਼, ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਪਲੀਜ਼ ਟੈਕਨੀਕ ਆਡੀਓ ਇਸ਼ੂ ਆ ਰਿਹਾ, ਪਲੀਜ਼ ਚੈੱਕ ਕਰ ਲਿਓ। ਵਾਪਸ ਮੁੱਦੇ ਤੇ ਜਾਊਂਗਾ, ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਅਸੀਂ ਸਵਾਗਤ ਵੀ ਕਰਦੇ ਹਾਂ ਤੇ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਜਾਂ ਜਸਟਿਸ ਸਿਸਟਮ ਆਫ ਇੰਡੀਆ ਨੇ ਇਹ ਇਹ ਦੱਸਤਾ ਵਾ ਕਿ ਜੇ ਸੁਪਰੀਮ ਕੋਰਟ ਇੱਕ ਸੁਪੀਰੀਅਰ ਬੋਡੀ ਆ ਇੰਡੀਅਨ ਜਸਟਿਸ ਸਿਸਟਮ ਦੀ ਤੇ ਜੇ ਉਹ ਤੋਂ ਗਲਤ ਫੈਸਲਾ ਲਿਆ ਵੀ ਗਿਆ ਸੀ, ਚਲੋ ਗਲਤ ਫੈਸਲਾ ਮੈਂ ਇਹਨੂੰ ਨਹੀਂ ਆਉਂਦਾ ਕਿਉਂਕਿ ਉਹ ਇੱਕ ਡਿਬੇਟੇਬਲ ਟੌਪਿਕ ਆ, ਮੇਰੇ ਕੁਝ ਸਾਥੀਆਂ ਨੂੰ ਇਤਰਾਜ਼ ਹੋ ਸਕਦਾ ਵਾ, ਪਰ ਮੇਰੀ ਆਪਣਾ ਮੰਨਣਾ ਕਿ ਜੇ ਇੱਕ ਫੈਸਲਾ ਲਿਆ ਗਿਆ ਸੀ ਉੱਤੇ ਕੁਝ ਲੋਕਾਂ ਨੂੰ ਕਾਫੀ ਵੱਡੀ ਮਾਤਰਾ 'ਚ ਲੋਕ ਸੀ ਜਿਨ੍ਹਾਂ ਨੂੰ ਉਹ ਫੈਸਲਾ ਪਸੰਦ ਨਹੀਂ ਸੀ ਤੇ ਉਹਨੂੰ ਕਰੈਕਟ ਕਰਦੇ ਹੋਏ ਥੋੜੇ ਹੀ ਦਿਨਾਂ ਬਾਅਦ ਸੁਪਰੀਮ ਕੋਰਟ ਨੇ ਇੱਕ ਹੋਰ ਫੈਸਲਾ ਲਿਆ ਜਿਹਦੇ ਵਿੱਚ ਕਿ ਆਪਣੇ ਦੁਆਰਾ ਆਪਣੇ ਇੱਕ ਦੂਜੇ ਬੈਂਚ ਦੁਆਰਾ ਲਏ ਗਏ ਫੈਸਲੇ ਨੂੰ ਗਲਤ ਠਹਿਰਾਇਆ। ਸ਼ੁਰੂ ਕਰੂੰਗਾ ਅਜੀਤ ਜੀ ਤੋਂ। ਅਜੀਤ ਜੀ, ਨਵੰਬਰ 30 ਦੇ ਉਸ ਫੈਸਲੇ ਦੀ ਤੁਸੀਂ ਸਪੋਰਟ ਕੀਤਾ ਸੀ, ਅੱਜ ਦੇ ਫੈਸਲੇ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ। ਮੇਰਾ ਖਿਆਲ ਆ ਨਵੰਬਰ 30 ਦੇ ਫੈਸਲੇ ਦੀ ਮੈਂ ਸਪੋਰਟ ਨਹੀਂ ਸੀ ਕੀਤੀ। ਅੱਜ ਦੇ ਫੈਸਲੇ ਨੂੰ ਮੈਨੂੰ ਜ਼ਿਆਦਾ ਸਹੀ ਲੱਗਦਾ ਉਸ ਫੈਸਲੇ ਨਾਲੋਂ, ਕਿਉਂਕਿ ਰਾਸ਼ਟਰ ਗਾਨ ਜਿਹੜਾ ਹੈਗਾ ਬਿਲਕੁਲ ਇੱਕ ਇਹੋ ਜਿਹਾ ਗਾਨ ਆ ਜਿਹੜਾ ਸਤਿਕਾਰ ਕਰਦਾ ਕਰਨਾ ਬਣਦਾ ਹੈ, ਪਰ ਉਹ ਉਦੋਂ ਹੀ ਹੋ ਸਕਦਾ ਜਦੋਂ ਅਸੀਂ ਉਸੇ ਹਾਲਾਤ ਵਿੱਚ ਹੋਈਏ, ਉਸ ਤਰ੍ਹਾਂ ਦੀ ਸੋਚ ਨਾਲ ਜੁੜੇ ਹੋਏ ਹੋਈਏ ਉਸ ਸਮੇਂ ਦੇ ਵਿੱਚ ਜਦੋਂ ਅਸੀਂ ਬੜੇ ਸਤਰਕ ਹੋ ਕੇ ਅਸੀਂ ਉਹਨੂੰ ਸਤਿਕਾਰ ਨਾਲ ਖੜੇ ਹੋ ਕੇ ਸੁਣ ਸਕਦੇ ਹੋਈਏ। ਜੇ ਹੁਣ ਇਹਨੂੰ ਇੱਕ ਥੀਏਟਰ 'ਚ ਜਿਹੜਾ ਹੈਗਾ ਇੱਕ ਮੂਵੀ ਤੋਂ ਪਹਿਲਾਂ ਰਾਸ਼ਟਰੀ ਗਾਨ ਚਲਾਉਣ ਦਾ ਜਾਂ ਬਾਅਦ ਵਿੱਚ ਚਲਾਉਣ ਦੀ ਗੱਲ ਕਰੀਏ, ਉੱਥੇ ਉਹ ਨਾ ਇਹੋ ਜਿਹਾ ਮਾਹੌਲ ਹੁੰਦਾ ਕਿ ਸਾਰੇ ਬੰਦੇ ਇੱਕ ਸਾਰ ਖੜੇ ਹੋ ਕੇ ਰਾਸ਼ਟਰੀ ਗਾਨ ਕਰ ਸਕਣ, ਔਰ ਨਾ ਹੀ ਉਸ ਤਰ੍ਹਾਂ ਦੀ ਭਾਵਨਾ ਦੇ ਨਾਲ ਕਿ ਅਸੀਂ ਉੱਥੇ ਕੋਈ ਦੇਸ਼ ਭਗਤੀ ਨਾਲ ਕਹਿ ਲਓ, ਦੇਸ਼ ਨਾਲ ਸੰਬੰਧਿਤ ਕਹਿ ਲਓ, ਕਿ ਉਹੋ ਜਿਹੀ ਮਾਨਸਿਕ ਅਵਸਥਾ ਦੇ ਵਿੱਚ ਉੱਥੇ ਕੋਈ ਨਹੀਂ ਜਾਂਦਾ ਹੈਗਾ। ਉੱਥੇ ਤੁਸੀਂ ਐਂਟਰਟੇਨ ਕਰਨ ਐਂਟਰਟੇਨਮੈਂਟ ਵਾਸਤੇ ਲੋਕ ਜਾਂਦੇ ਨੇ, ਉੱਥੇ ਕੋਈ ਆ ਰਿਹਾ ਹੁੰਦਾ ਹੈ, ਕੋਈ ਜਾ ਰਿਹਾ ਹੁੰਦਾ ਹੈ, ਕੋਈ ਲੇਟ ਕਮਰ ਜਿਹੜਾ ਅਜੇ ਆਪਣੀ ਸੀਟ ਲੱਭ ਰਿਹਾ ਹੁੰਦਾ ਹੈ, ਤੇ ਜੇ ਉਸ ਜਗ੍ਹਾ ਦੇ ਉੱਤੇ ਚੱਲਦਾ ਹੈ ਤਾਂ ਮੇਰੇ ਖਿਆਲ ਅਸੀਂ ਆਪ ਇਹੋ ਜਿਹਾ ਮਾਹੌਲ ਕ੍ਰੀਏਟ ਕਰਦੇ ਜਿੱਥੇ ਰਾਸ਼ਟਰ ਗਾਨ ਦੀ ਜਿਹੜੀ ਸਹੀ ਰਿਸਪੈਕਟ ਹੈ ਉਹ ਬਣ ਨਹੀਂ ਸਕਦੀ। ਜਿਵੇਂ ਆਪਾਂ ਕਹਿੰਦੇ ਹਾਂ ਕਿ ਹਰ ਤਾਂ ਜੇ ਆਪਾਂ ਕੋਈ ਧਾਰਮਿਕ ਅਸਥਾਨ ਹੈ ਉੱਥੇ ਧਰਮ ਨਾਲ ਸੰਬੰਧਿਤ ਗੱਲਾਂ ਹੋਣੀਆਂ ਤਾਂ ਉਸ ਆਲੇ ਦੁਆਲੇ ਨੂੰ ਉੱਥੇ ਦੇ ਮਾਹੌਲ ਨੂੰ ਉਸ ਤਰ੍ਹਾਂ ਬਣਾਇਆ ਜਾਂਦਾ ਹੈ। ਸੋ ਰਾਸ਼ਟਰੀ ਗਾਨ ਇੱਕ ਪਵਿੱਤਰ ਔਰ ਸਤਿਕਾਰਤ ਜਿਹੜੇ ਹੈਗੀ ਉਹ ਇੱਕ ਗਾਨ ਹੈ ਜਿਹਨੂੰ
ਤੁਸੀਂ ਉਹੋ ਜਿਹੇ ਮਾਹੌਲ ਦੇ ਵਿੱਚ ਕਹੋ ਲੋਕਾਂ ਨੂੰ ਜਿੱਥੇ ਉਹ ਭਾਵਨਾ ਨਹੀਂ ਹੈਗੀ, ਜਿੱਥੇ ਉਹ ਮਾਹੌਲ ਨਹੀਂ ਹੈਗਾ, ਜਿੱਥੇ ਉਹ ਸ਼ਾਂਤੀ ਔਰ ਸਤਰਕਤਾ ਨਹੀਂ ਹੈਗੀ, ਤਾਂ ਉੱਥੇ ਅਸੀਂ ਉੱਥੇ ਉਹਨੂੰ ਜੇ ਵਜਾਉ ਰਾਸ਼ਟਰਗਾਨ ਚਲਾਉਣ ਦੀ ਉੱਥੇ ਕੋਈ ਇਹੋ ਜਿਹੀ ਪਰੰਪਰਾ ਜਾਂ ਕਾਨੂੰਨੀ ਵਿਵਸਥਾ ਕਰਦੇ ਹਾਂ, ਤਾਂ ਉਹ ਮੇਰਾ ਖਿਆਲ ਹੈ ਰਾਸ਼ਟਰਗਾਨ ਦੀ ਇੱਜ਼ਤ ਦੀ ਬਜਾਏ ਉਹਦੀ ਜਿਹੜੀ ਰਿਸਪੈਕਟ ਹੈ ਉਹਨੂੰ ਘਟਾਉਣ ਵਾਲੀ ਕਾਰਵਾਈ ਹੋਏਗੀ। ਸੋ ਮੈਂ ਇਸ ਫੈਸਲੇ ਦੀ ਪ੍ਰੋੜਤਾ ਕਰਦਾ, ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਫੈਸਲੇ ਦੀ ਪ੍ਰੋੜਤਾ ਕੀਤੀ ਸੀ ਕਿ ਉਹਦੇ ਵਿੱਚ ਰਾਸ਼ਟਰਗਾਨ ਉੱਤੇ ਜ਼ਰੂਰ ਵੱਜਣਾ ਚਾਹੀਦਾ। ਜੀ ਅਜੀਤ ਜੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਸ਼ਾਇਦ ਉਸ ਦਿਨ ਤੁਹਾਡੇ ਵੱਲੋਂ ਇਸ ਦੀ ਪ੍ਰੋੜਤਾ ਕੀਤੀ ਗਈ ਸੀ, ਔਰ ਜਦੋਂ ਇਸ ਦੀ ਮੈਂ ਅਪੋਜ਼ ਕੀਤਾ ਸੀ ਸ਼ਾਇਦ ਤੁਸੀਂ ਮੇਰੇ ਨਾਲ ਕੰਟਰੋਵਰਟ ਹੋਏ ਸੀਗੇ। ਚਲੋ ਮੈਂ ਇਸ ਗੱਲ ਤੇ ਨਹੀਂ ਆਉਂਦਾ, ਪਰ ਹਰਪ੍ਰੀਤ ਜੀ, ਇਸ ਚੀਜ਼ ਨਾਲ ਇੱਕ ਚੀਜ਼ ਤਾਂ ਕਲੀਅਰ ਹੋ ਜਾਂਦੀ ਹੈ ਕਿ ਸੁਪਰੀਮ ਕੋਰਟ ਦੀ ਇੱਕ ਬੈਂਚ ਵੱਲੋਂ ਆਪਣੇ ਆਪ ਹੀ ਦੂਸਰੇ ਡਿਸੀਜਨ ਦੇ ਉੱਪਰ ਯੂ ਟਰਨ ਲੈ ਜਾਣਾ, ਆਈ ਡੋਂਟ ਨੋ ਕਿਉਂ ਹੋਇਆ, ਕਿਉਂਕਿ ਇਨ ਡੈਪਥ ਅਗਰ ਅਸੀਂ ਦੇਖੀਏ ਤਾਂ ਇਸ ਚੀਜ਼ ਨੂੰ ਜਾਂ ਦੇਸ਼ ਭਗਤੀ ਦੀ ਕਿਸੇ ਵੀ ਭਾਵਨਾ ਨੂੰ ਕਿਸੇ ਦੇ ਥੋਪਿਆ ਨਹੀਂ ਜਾ ਸਕਦਾ। ਤੁਸੀਂ ਫਿਲਮ ਦੇਖਣ ਜਾਂਦੇ ਹੋ ਤਾਂ ਉੱਥੇ ਐਂਟਰਟੇਨ ਹੋਣ ਜਾਂਦੇ ਹੋ, ਤੁਸੀਂ ਉੱਥੇ ਮਤਲਬ ਇੱਕ ਅਲੱਗ ਇਸ ਵਿਸ਼ੇ ਦੀ ਕੋਈ ਫਿਲਮ ਦੇਖਣ ਜਾਂਦੇ ਹੋ ਤਾਂ ਉੱਥੇ ਉਸ ਤੋਂ ਪਹਿਲਾਂ ਜਨਗਲਮਨ ਚੱਲ ਰਿਹਾ ਹੋਵੇ ਔਰ ਉਸ ਤੋਂ ਬਾਅਦ ਤੁਹਾਡੀ ਜਿਹੜੀ ਫਿਲਮ ਪਲੇ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਆਪਸ ਦੇ ਵਿੱਚ ਹੀ ਕੰਟਰੋਵਰਟ ਦੋਨੋਂ ਸਟੇਟਮੈਂਟਾਂ ਹੋ ਜਾਂਦੀਆਂ। ਸ਼ਾਇਦ ਇਸੇ ਕਰਕੇ ਸੁਪਰੀਮ ਕੋਰਟ ਨੇ ਇਹ ਬਿਆਨ ਨੂੰ ਆਪਣੇ ਨੂੰ ਚੇਂਜ ਕਰਕੇ ਜਿਹੜਾ ਪਾਬੰਦੀ ਜਿਹੜੀ ਹੈ ਉਹ ਹਟਾ ਦਿੱਤੀ ਹੈ ਔਰ ਮੈਂਡੇਟਰੀ ਨਹੀਂ ਕੀਤਾ ਗਿਆ। ਈਵਨ ਇਹ ਜ਼ਰੂਰ ਕਿਹਾ ਗਿਆ ਕਿ ਅਗਰ ਕੋਈ ਪਲੇ ਕਰਦਾ ਹੈ ਤਾਂ ਉੱਥੇ ਖੜਨਾ ਵੀ ਜਿਹੜਾ ਉਹ ਰਾਸ਼ਟਰਗਾਨ ਦੀ ਜਿਹੜੇ ਸਤਿਕਾਰ ਦੇ ਵਿੱਚ ਜ਼ਰੂਰੀ ਨਹੀਂ ਹੈ। ਪਰ ਦੇਖਿਆ ਜਾਵੇ ਤਾਂ ਇਸ ਫੈਸਲੇ ਦਾ ਵੀ ਇੱਕ ਛੋਟਾ ਜਿਹਾ ਅਪੋਜ਼ ਹੋਣਾ ਬਣਦਾ, ਕਿਉਂਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਰਾਸ਼ਟਰਗਾਨ ਚੱਲੇਗਾ ਔਰ ਖੜਨਾ ਕੋਈ ਜ਼ਰੂਰੀ ਨਹੀਂ ਹੈ, ਉਹ ਵੀ ਚੀਜ਼ ਗਲਤ ਹੈ। ਇੱਕ ਚੀਜ਼ ਨੂੰ ਅਸੀਂ ਪ੍ਰੋਟੋਕੋਲ ਦੇ ਅੰਡਰ ਲੈ ਕੇ ਚੱਲਦੇ ਹਾਂ ਕਿ ਅਗਰ ਕਿਤੇ ਵੀ ਰਾਸ਼ਟਰਗਾਨ ਚੱਲੇਗਾ ਤਾਂ ਜਿਹੜਾ ਵੀ ਬੰਦਾ ਖੜ ਸਕਦਾ ਹੈ, ਫਿਜ਼ੀਕਲੀ ਕੋਈ ਨਹੀਂ ਖੜ ਸਕਦਾ, ਉਹ ਇੱਕ ਸੈਪਰੇਟ ਚੀਜ਼ ਹੈ, ਬਟ ਜਿਹੜਾ ਕੋਈ ਬੰਦਾ ਉਸਦੇ ਸਤਿਕਾਰ ਦੇ ਵਿੱਚ ਖੜ ਸਕਦਾ ਉਸਨੂੰ ਖੜਨਾ ਚਾਹੀਦਾ। ਸੋ ਜੇ ਅਸੀਂ ਏਦਾਂ ਦੀ ਸਟੇਟਮੈਂਟ ਫਿਰ ਦੇ ਦਿੰਦੇ ਹਾਂ ਕਿ ਰਾਸ਼ਟਰਗਾਨ ਚੱਲੇਗਾ ਤੇ ਖੜਨਾ ਕੋਈ ਜ਼ਰੂਰੀ ਨਹੀਂ ਹੈ, ਤਾਂ ਉਹ ਆਪਣੇ ਆਪ ਦੇ ਵਿੱਚ ਕੰਟਰੋਵਰਟ ਹੋ ਜਾਂਦੀ ਹੈ। ਪਰ ਮੈਂ ਅੱਜ ਵੀ ਕਹਿੰਦਾ, ਉਦਣ ਵੀ ਕਿਹਾ ਸੀ, ਥੀਏਟਰਸ ਦੇ ਵਿੱਚ ਐਂਟਰਟੇਨਮੈਂਟ ਵਿਸ਼ੇ ਦੇ ਨਾਲ ਰਿਲੇਟਡ ਅਸੀਂ ਜਾਂਦੇ ਹਾਂ ਔਰ ਉੱਥੇ ਲੇਅਰਲੀ ਕੋਈ ਵੀ ਬੰਦਾ ਫਿਲਮ ਦੇਖਣ ਜਾਂਦਾ ਹੈ, ਉੱਥੇ ਵੀ ਅਗਰ ਅਸੀਂ ਕਿਸੇ ਨੂੰ ਦੇਸ਼ ਭਗਤੀ ਦੀ ਭਾਵਨਾ ਜਾਂ ਦੇਸ਼ ਭਗਤੀ ਵਿੱਚ ਠੋਸਣ ਦੀ ਕੋਸ਼ਿਸ਼ ਕਰੀਏ ਤਾਂ ਉਹ ਚੀਜ਼ ਗਲਤ ਹੋ ਜਾਂਦੀ ਹੈ, ਕਿਉਂਕਿ ਉੱਥੇ ਹਰ ਇੱਕ ਤਬਕਾ ਜਿਹੜਾ ਉਹ ਉੱਥੇ ਐਂਟਰਟੇਨ ਹੋਣ ਲਈ ਆਉਂਦਾ ਹੈ। ਥੀਏਟਰ ਦੇ ਵਿੱਚ ਕੰਟੈਂਟ ਵੀ ਹੈ ਜਿਹੜਾ ਉਹ ਡਿਫਰੈਂਟ ਡਿਫਰੈਂਟ ਪਲੇ ਹੁੰਦਾ ਹੈ ਹਰ ਇੱਕ ਮੌਕੇ ਦੇ ਉੱਪਰ। ਸੋ ਇਹ ਵਾਲਾ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਲਿਆ ਕਾਫੀ ਹੱਦ ਤੱਕ ਠੀਕ ਹੈ, ਯੂ ਟਰਨ ਜ਼ਰੂਰ ਲਿਆ ਬਟ ਠੀਕ ਲਿਆ, ਕਿਉਂਕਿ ਇਹ ਚੀਜ਼ ਮੈਂਡੇਟਰੀ ਨਹੀਂ ਹੋਣੀ ਚਾਹੀਦੀ। ਕਿਸੇ ਦੀ ਕੋਈ ਭਾਵਨਾ ਹੈਗੀ ਹੈ ਉਹ ਉਸਨੂੰ ਦਿਖਾਵੇ ਕੋਈ ਕੋਈ ਪਰਟੀਕੁਲਰ ਜਗ੍ਹਾ ਦੇ ਉੱਪਰ, ਜਾਂ ਕੋਈ ਜਿਸ ਤਰ੍ਹਾਂ ਸਕੂਲਸ ਦੇ ਵਿੱਚ ਰਾਸ਼ਟਰਗਾਨ ਚਲਾਇਆ ਜਾਂਦਾ ਹੈ ਸਿਰਫ ਤੇ ਸਿਰਫ ਬੱਚਿਆਂ ਨੂੰ ਦੱਸਣ ਲਈ ਕਿ ਸਾਡੇ ਵਿੱਚ ਦੇਸ਼ ਭਗਤੀ ਦੇ ਵਿੱਚ ਸਾਡਾ ਰਾਸ਼ਟਰਗਾਨ ਹੈ, ਇਸ ਨੂੰ ਪਲੇ ਹੋਣਾ ਚਾਹੀਦਾ ਔਰ ਕਿਸ ਡਿਸਿਪਲਿਨ ਦੇ ਅੰਡਰ ਅਸੀਂ ਉਸਨੂੰ ਪਲੇ ਕਰਦੇ ਹਾਂ। ਸੋ ਬਿਲਕੁਲ ਸਹੀ ਹੈ, ਇਹ ਫੈਸਲਾ 50% ਤੱਕ ਸਹੀ ਹੈ, ਲੇਕਿਨ ਉਹ ਵਾਲੀ ਗੱਲ ਮੈਨੂੰ ਠੀਕ ਨਹੀਂ ਲੱਗੀ ਕਿ ਜੇ ਤੁਸੀਂ ਰਾਸ਼ਟਰਗਾਨ ਪਲੇ ਕਰਨਾ ਵੀ ਹੈ ਤਾਂ ਕਿਸੇ ਨੂੰ ਖੜਨਾ ਜ਼ਰੂਰੀ ਹੈ ਨਹੀਂ ਜ਼ਰੂਰੀ ਹੈ, ਕਿਉਂਕਿ ਫਿਜ਼ੀਕਲੀ ਡਿਸੇਬਲ ਦੀ ਆੜ ਦੇ ਵਿੱਚ ਆ ਕੇ ਕਈ ਬੰਦੇ ਜਾਂ ਕੁਝ ਸ਼ਰਾਰਤੀ ਅਨਸਰ ਵੀ ਜਿਹੜੇ ਉਹ ਇਸ ਨੂੰ ਅਲੱਗ ਮੋਟਿਵ ਦੇ ਨਾਲ ਲੈਣਗੇ ਔਰ ਫਿਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਕਿਤੇ ਦੁਬਾਰਾ ਨਾ ਹੋ ਜਾਣ। ਮੈਂ ਤੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਸੁਪਰੀਮ ਕੋਰਟ ਦਾ ਫੈਸਲਾ ਅਚਾਨਕ ਨਹੀਂ ਆਇਆ, ਨਵੰਬਰ 30 ਦੇ ਫੈਸਲੇ ਤੋਂ ਬਾਅਦ ਦਸੰਬਰ ਦੀ ਲਗਭਗ 11 ਜਾਂ 12 ਤਰੀਕ ਨੂੰ ਵੀ ਉਸ ਪਹਿਲੇ ਫੈਸਲੇ ਵਿੱਚ ਅਮੈਂਡਮੈਂਟ ਕੀਤੀ ਗਈ ਸੀ, ਉਹਦੇ ਵਿੱਚ ਜੋ ਹੈਂਡੀਕੈਪ ਲੋਕ ਆ ਉਹਨਾਂ ਨੂੰ ਨਾ ਖੜੇ ਹੋਣ ਵਾਸਤੇ ਇੱਕ ਪ੍ਰਾਵਧਾਨ ਐਡ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਕਾਫੀ PIL ਬਾਰ ਬਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕੜਾ ਰਹੀਆਂ ਸੀ, ਖਾਸ ਕਰਕੇ ਕੇਰਲਾ ਜਾਂ ਮਦਰਾਸ ਦੇ ਵਿੱਚ, ਮੈਨੂੰ ਜਗ੍ਹਾ ਦਾ ਨਾਂ ਚੇਤਾ ਭੁੱਲ ਰਿਹਾ ਜਿੱਥੇ ਕਿ ਫਿਲਮ ਫੈਸਟੀਵਲ ਹੋ ਰਿਹਾ ਸੀ, ਕਾਫੀ ਦਰਸ਼ਕ ਇੰਡੀਆ ਤੋਂ ਬਾਹਰ ਤੋਂ ਵੀ ਆਏ ਸੀ। ਉਸ ਫਿਲਮ ਫੈਸਟੀਵਲ ਆਯੋਜਿਤ ਕਰਨ ਵਾਲੀ ਜੋ ਸੰਸਥਾ ਨੇ ਉਹਨਾਂ ਵੱਲੋਂ ਵੀ PIL ਲਾ ਕੇ ਜੋ ਬਾਹਰੋਂ ਆਏ ਲੋਕ ਆ ਉਹਨਾਂ ਵਾਸਤੇ ਸੁਪਰੀਮ ਕੋਰਟ ਨੂੰ ਇਹ ਅਰਜੀ ਦਿੱਤੀ ਸੀ ਕਿ ਉਹਨਾਂ ਨੂੰ ਐਟਲੀਸਟ ਰਾਸ਼ਟਰਗਾਨ ਦੇ ਟਾਈਮ ਖੜੇ ਹੋਣਾ ਉਹਨਾਂ ਵਾਸਤੇ ਅਨਿਵਾਰੀਏ ਨਾ ਕੀਤਾ ਜਾਏ, ਪਰ ਸੁਪਰੀਮ ਕੋਰਟ ਨੇ ਉਹ ਅਰਜੀ ਵੀ ਖਾਰਿਜ ਕੀਤੀ ਸੀ। ਸਬਦੀਸ਼ ਜੀ, ਹਰਪ੍ਰੀਤ ਜੀ, ਜਦੋਂ ਇਹ ਫੈਸਲਾ ਕੀਤਾ ਗਿਆ ਸੀ ਸੁਪਰੀਮ ਕੋਰਟ ਵੱਲੋਂ ਪਿਛਲਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਆਪਾਂ ਉਹਦੇ ਉੱਤੇ ਕਾਫੀ ਸਾਰੀ ਬਹਿਸ ਕੀਤੀ ਸੀ। ਮੇਰੀ ਉਦੋਂ ਵੀ ਰਾਏ ਸੀ ਕਿ ਜੱਜ ਬਿਲਕੁਲ
ਐਦਾਂ ਨਹੀਂ ਹੁੰਦਾ ਕਿ ਜੱਜ 100% ਸਹੀ ਫੈਸਲੇ ਹੀ ਕਰਦੇ ਨੇ, ਜੱਜਾਂ ਕੋਲੋਂ ਵੀ ਗਲਤੀਆਂ ਹੁੰਦੀਆਂ ਨੇ, ਜੱਜਾਂ ਦੇ ਉੱਤੇ ਵੀ ਜਿਹੜਾ ਸਿਆਸੀ ਮਾਹੌਲ ਆ ਉਹਦਾ ਅਸਰ ਹੋ ਜਾਂਦਾ, ਵਾਤਾਵਰਨ ਜੱਜਾਂ ਨੂੰ ਵੀ ਪ੍ਰਭਾਵਿਤ ਕਰਦਾ, ਔਰ ਜੱਜ ਕਈ ਵਾਰੀ ਆਪਣੀ ਜਿਹੜੀ ਸੁਤੰਤਰ ਸੋਚ ਆ ਉਹਦੇ ਮੁਤਾਬਕ ਵਾਤਾਵਰਨ ਦੇ ਖਿਲਾਫ ਜਾ ਕੇ ਵੀ ਫੈਸਲਾ ਲੈ ਸਕਦੇ ਨੇ। ਮੈਨੂੰ ਯਾਦ ਹੈ ਚੰਗੀ ਤਰ੍ਹਾਂ ਇਸ ਮਾਮਲੇ ਦੇ ਉੱਤੇ ਵੀ ਮੇਰੇ ਨਾਲ ਕਾਫੀ ਡਿਬੇਟ ਕੀਤੀ ਸੀ ਮੇਰੇ ਦੋਸਤਾਂ ਨੇ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੈਲੰਜ ਕਿਵੇਂ ਕੀਤਾ ਜਾ ਸਕਦਾ। ਫਿਰ ਜਦੋਂ ਸੁਪਰੀਮ ਕੋਰਟ ਦਾ ਅਗਲੀ ਗੱਲ ਆਈ ਸੀ ਕਿ ਜਿਹੜੇ ਫਿਲਮ ਫੈਸਟੀਵਲ ਦੇ ਵਿੱਚ ਜਿਹੜੇ ਵਿਦੇਸ਼ੀ ਵੀ ਨੇ ਉਹਨਾਂ ਨੂੰ ਵੀ ਖੜੇ ਹੋਣ ਲਈ ਕਿਹਾ ਜਾਵੇ, ਇਹਦੇ 'ਚ ਕੀ ਗਲਤ ਹੈ, ਇਹਦੇ 'ਤੇ ਵੀ ਬਹਿਸ ਕੀਤੀ ਸੀ। ਮੈਂ ਉਦੋਂ ਵੀ ਇਹ ਗੱਲ ਕਹਿੰਦਾ ਸੀ ਕਿ ਮੇਰਾ ਰਾਸ਼ਟਰੀ ਗਾਨ, ਮੇਰੇ ਦੇਸ਼ ਦਾ ਰਾਸ਼ਟਰੀ ਗਾਨ ਮੇਰੇ ਲਈ ਮਹੱਤਵਪੂਰਨ ਹੋ ਸਕਦਾ, ਪਰ ਜਿਹੜੇ ਵਿਦੇਸ਼ੀ ਆਏ ਨੇ ਉਹਨਾਂ ਦੇ ਵੀ ਕੋਈ ਰਾਸ਼ਟਰੀ ਗਾਨ ਨੇ, ਉਹਨਾਂ ਦੇ ਵੀ ਆਪਣੇ ਮਾਣ ਸਨਮਾਨ ਨੇ, ਉਹ ਕਿਸੇ ਦੂਸਰੇ ਦਾ ਮਾਣ ਸਨਮਾਨ ਕਿਉਂ ਕਰਨ। ਪਰ ਉਦੋਂ ਸਾਡੇ ਦੋਸਤ ਸ਼ਾਇਦ ਸਾਡੀ ਗੱਲ ਉਦੋਂ ਸੁਣਨੀ ਵੀ ਪਸੰਦ ਨਹੀਂ ਸੀ ਕਰਦੇ। ਇੱਕ ਗੱਲ ਮੈਂ ਹੋਰ ਕਰਦੇ, ਜਦੋਂ ਪਹਿਲਾ ਫੈਸਲਾ ਵੀ ਆਇਆ ਸੀ ਉਹਦੇ ਵਿੱਚ ਵੀ ਬਹੁਤ ਇੱਕ ਗੱਲ ਕਲੀਅਰ ਸੀ ਕਿ ਜਦੋਂ ਰਾਸ਼ਟਰੀ ਗਾਨ ਫਿਲਮ ਸ਼ੁਰੂ ਹੋਣ ਤੋਂ ਐਨ ਪਹਿਲਾਂ ਸ਼ੁਰੂ ਹੋਏਗਾ ਔਰ ਉਦੋਂ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ, ਦਰਵਾਜ਼ੇ ਦੇ ਅੰਦਰ ਤੇ ਬਾਹਰ ਕੋਈ ਐਂਟਰੀ ਨਹੀਂ ਹੋਏਗੀ। ਜੇ ਕੋਈ ਦਰਸ਼ਕ ਲੇਟ ਹੋਏਗਾ ਤੇ ਰਾਸ਼ਟਰੀ ਗਾਨ ਚੱਲਦੇ ਦਰਮਿਆਨ ਉਹ ਨਹੀਂ ਆਏਗਾ, ਐਂਟਰੀ ਨਹੀਂ ਲਵੇਗਾ। ਇਹ ਗੱਲ ਪਹਿਲੇ ਫੈਸਲੇ ਦੇ ਵਿੱਚ ਵੀ ਸ਼ਾਮਲ ਸੀ, ਪਰ ਜੇ ਅਸਲੀ ਗੱਲ ਜਿਹੜੀ ਸਮਝੇ ਜਾਣ ਦੀ ਜ਼ਰੂਰਤ ਹੈ, ਜਿਹੜੀ ਉਦੋਂ ਬਹੁਤ ਸਾਰੇ ਦੋਸਤ ਸਮਝ ਨਹੀਂ ਸੀ ਰਹੇ, ਭਾਰਤੀ ਸੰਵਿਧਾਨ ਦੇ ਵਿੱਚ ਰਾਸ਼ਟਰੀ ਗਾਨ ਦੇ ਤੌਰ ਤੇ ਜਨਗਣ ਮਨ ਨੂੰ ਸਵੀਕਾਰ ਜ਼ਰੂਰ ਕੀਤਾ ਗਿਆ ਵਾ। ਉਹਦੇ ਬਦਲ ਦੇ ਵਿੱਚ ਜਿਹੜਾ ਪਹਿਲਾਂ ਵੀ ਲੋਕਾਂ ਨੇ ਜ਼ਿੱਦ ਕੀਤੀ ਸੀ, ਖਾਸ ਕਰਕੇ RSS ਟਾਈਪ ਲੋਕਾਂ ਨੇ ਕਿ ਵੰਦੇ ਮਾਤਰਮ ਨੂੰ ਭਾਰਤੀ ਸੰਵਿਧਾਨ ਦੇਸ਼ ਦਾ ਜਿਹੜਾ ਉਹ ਮੰਨ ਲਿਆ ਜਾਵੇ ਰਾਸ਼ਟਰੀ ਗਾਨ, ਉਹ ਗੱਲ ਨਹੀਂ ਸੀ ਮੰਨੀ ਗਈ। ਉਹਦੇ 'ਚ ਵੀ ਕਿਤੇ ਇਹ ਸ਼ਰਤ ਨਹੀਂ ਹੈ ਕਿ ਜਦੋਂ ਇਹਦਾ ਮਾਣ ਸਨਮਾਨ ਕਰਨਾ ਉਹਦੇ ਲਈ ਖੜਾ ਹੋਣਾ ਜ਼ਰੂਰੀ ਆ। ਸੰਵਿਧਾਨ ਇੱਦਾਂ ਦੀ ਕੋਈ ਗੱਲ ਨਹੀਂ ਕਰਦਾ, ਇਹ ਸਿਰਫ ਖੜੇ ਹੋਣਾ ਇੱਕ ਪਰੰਪਰਾ ਦੇ ਤੌਰ ਤੇ ਸ਼ੁਰੂ ਹੋਇਆ ਔਰ ਪਰੰਪਰਾ ਦੇ ਤੌਰ ਤੇ ਹੀ ਅਸੀਂ ਇਹਨੂੰ ਇੱਕ ਨਿਭਾ ਰਹੇ ਸੀ, ਪਰ ਪਰੰਪਰਾ ਇੰਨੀ ਜ਼ਿਆਦਾ ਰੂੜ ਹੋ ਚੁੱਕੀ ਹੈ ਕਿ ਜੇ ਕੋਈ ਬੰਦਾ ਉਸ ਪਰੰਪਰਾ ਦਾ ਪਾਲਣ ਨਾ ਕਰੇ ਤਾਂ ਸਾਨੂੰ ਇੰਝ ਲੱਗਦਾ ਕਿ ਉਹ ਸਾਡੇ ਰਾਸ਼ਟਰ ਦਾ ਸਨਮਾਨ ਨਹੀਂ ਕਰ ਰਿਹਾ, ਉਹ ਸਾਡੇ ਰਾਸ਼ਟਰੀ ਗੀਤ ਦਾ ਸਨਮਾਨ ਨਹੀਂ ਕਰ ਰਿਹਾ। ਇਹ ਸਵਾਲ ਸਿਰਫ ਇਹ ਹੁੰਦਾ ਕਿ ਜਦੋਂ ਪਰੰਪਰਾਵਾਂ ਬਣ ਜਾਂਦੀਆਂ ਨੇ ਉਹਨਾਂ ਪਰੰਪਰਾ ਨੂੰ ਦੇ ਰੂੜ ਹੋਣ ਤੋਂ ਬਾਅਦ ਉਹਨਾਂ ਨੂੰ ਤੋਂ ਕੋਈ ਜ਼ਰਾ ਕੁ ਬਾਹਰ ਜਾਂਦਾ ਤਾਂ ਸਾਨੂੰ ਥੋੜਾ ਜਿਹਾ ਅਜੀਬ ਲੱਗਦਾ। ਮਸਲਨ ਅਸੀਂ ਜਦੋਂ ਅਰਦਾਸ ਹੋ ਰਹੀ ਹੁੰਦੀ ਹੈ ਅਸੀਂ ਆਸਾਨੀ ਨਾਲ ਖੜੇ ਹੋ ਜਾਂਦੇ ਹਾਂ, ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ। ਉੱਥੇ ਵੀ ਕਿਤੇ ਨਹੀਂ ਲਿਖਿਆ ਕਿ ਜਿਹੜੇ ਅਪਾਹਜ ਆ ਉਹ ਖੜੇ ਨਹੀਂ ਹੋਣਗੇ, ਪਰ ਸਭ ਨੂੰ ਪਤਾ ਹੁੰਦਾ ਉਹ ਨਹੀਂ ਵੀ ਖੜੇ ਹੁੰਦੇ, ਅਸੀਂ ਉਹਨਾਂ ਦੇ ਉੱਤੇ ਕੋਈ ਸ਼ਰਤ ਵੀ ਨਹੀਂ ਲਾਉਂਦੇ। ਪਰ ਕਈ ਵਾਰੀ ਬਿਲਕੁਲ ਸਿਚੁਏਸ਼ਨ ਉਲਟ ਹੋ ਜਾਂਦੀ ਹੈ, ਤੁਸੀਂ ਹੈਰਾਨ ਵੀ ਹੋ ਜਾਂਦੇ ਹੋ ਕਿ ਏਦਾਂ ਹੋ ਰਿਹਾ। ਜੇ ਮੈਂ ਕੱਲ੍ਹ ਦੀ ਗੱਲ ਕਰਾਂ, ਮੈਂ ਕੱਲ੍ਹ ਹੀ ਇੱਕ ਭੋਗ ਦੇ ਵਿੱਚ ਸ਼ਾਮਲ ਸੀ ਤੇ ਉੱਥੇ ਜਦੋਂ ਕੀਰਤਨ ਕਰਨ ਤੋਂ ਬਾਅਦ ਕੀਰਤਨ ਕਰਨ ਵਾਲੇ ਸਿੰਘ ਬਾਹਰ ਆ ਗਏ, ਬਾਅਦ ਦੇ ਵਿੱਚ ਅਰਦਾਸ ਹੋਈ ਤਾਂ ਬਾਕੀ ਸਾਰੇ ਲੋਕ ਅਰਦਾਸ ਦੇ ਵਿੱਚ ਖੜੇ ਸੀ, ਪਰ ਕੀਰਤਨ ਕਰਨ ਵਾਲੇ ਚੁੱਪਚਾਪ ਆਪਣਾ ਚਾਹ ਪਾਣੀ ਪੀ ਰਹੇ ਸੀ, ਕਿਉਂਕਿ ਉਸ ਵੇਲੇ ਉਹ ਕੀਰਤਨ ਦਰਬਾਰ ਕੀਰਤਨ ਦੇ ਵਿੱਚ ਲੱਗੇ ਹੋਏ ਸੀ ਜਦੋਂ ਲੋਕੀ ਚਾਹ ਪਾਣੀ ਪੀ ਰਹੇ ਸੀ। ਔਰ ਮੈਨੂੰ ਹੈਰਾਨੀ ਹੋਈ, ਇੱਕ ਪੁਲਿਸ ਵਾਲਾ ਬਿਲਕੁਲ ਅੱਖਾਂ ਬੰਦ ਕਰਕੇ ਆਪਣੀ ਬੰਦੂਕ ਆਪਣੇ ਮੋਢੇ ਤੇ ਲਟਕਾ ਕੇ ਉਹ ਅਰਦਾਸ ਦੇ ਵਿੱਚ ਸ਼ਾਮਲ ਹੋ ਰਿਹਾ ਸੀ। ਜੇ ਤਕਨੀਕੀ ਤੌਰ ਦੇ ਉੱਤੇ ਕਹਿਣਾ ਹੋਵੇ ਤਾਂ ਮੇਰੇ ਮੁਤਾਬਕ ਪੁਲਿਸ ਵਾਲੇ ਨੂੰ ਤਾਂ ਉਸ ਤਰੀਕੇ ਦੇ ਨਾਲ ਖੜੇ ਹੋਣ ਦੀ ਜ਼ਰੂਰਤ ਵੀ ਨਹੀਂ ਸੀ, ਪਰ ਕਿਉਂਕਿ ਮਨਾਂ ਅੰਦਰ ਇੱਕ ਭਾਵਨਾ ਹੁੰਦੀ ਹੈ ਔਰ ਮਨਾਂ ਅੰਦਰ ਜਿਹੜੀ ਭਾਵਨਾ ਹੁੰਦੀ ਹੈ ਉਹ ਜਦੋਂ ਰੂੜ ਹੋ ਜਾਂਦੀ ਅਸੀਂ ਉਹਨੂੰ ਪ੍ਰਵਾਨ ਕਰਦੇ ਹਾਂ, ਔਰ ਜੇ ਕੋਈ ਜ਼ਰਾ ਉਹਦੇ ਤੋਂ ਬਾਹਰ ਜਾਵੇ ਤੇ ਅਸੀਂ ਉਹਦੀ ਉਲੰਘਣਾ ਕਰਦੇ ਹਾਂ। ਸੁਪਰੀਮ ਕੋਰਟ ਨੇ ਇੱਕ ਗੱਲ ਚੰਗੀ ਕੀਤੀ ਆ ਕਿ ਦੇਸ਼ ਭਗਤੀ ਜਿਹੜੀ ਦਾ ਜਿਹੜਾ ਫਾਸਿਜ਼ਮ ਆ ਰਿਹਾ ਵਾ ਦੇਸ਼ ਭਗਤੀ ਦੇ ਨਾਂ ਦੇ ਉੱਤੇ ਉਹਨੂੰ ਚੈਲੰਜ ਕੀਤਾ ਜਾ ਰਿਹਾ। ਬਾਕੀ ਫਾਸਿਜ਼ਮ ਦੇਸ਼ ਭਗਤੀ ਦਾ ਏਦਾਂ ਹੀ ਨਹੀਂ ਆਉਂਦਾ, ਇਤਿਹਾਸ ਨੂੰ ਤੋੜ ਮਰੋੜ ਕੇ ਵੀ ਆਉਂਦਾ। ਪਹਿਲੇ ਹਿੱਸੇ ਦੇ ਵਿੱਚ ਅਸੀਂ ਬਹੁਤ ਗੱਲ ਚਰਚਾ ਕਰ ਚੁੱਕੇ ਹਾਂ, ਮੈਂ ਉਹਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ। ਪਰ ਸਾਵਰਕਰ ਨੂੰ ਅਸੀਂ ਬਹੁਤ ਵੱਡਾ ਦੇਸ਼ ਭਗਤ ਬਣਾ ਦਿੰਦੇ ਹਾਂ ਜਦੋਂ ਵੀ NDA ਦੀ ਸਰਕਾਰ ਆਉਂਦੀ ਆ। ਵਾਜਪਾਈ ਦੀ ਸਰਕਾਰ ਵੇਲੇ ਪੋਰਟ ਬਲੇਅਰ ਏਅਰਪੋਰਟ ਦਾ ਨਾਂ ਵੀ ਉਹਨਾਂ ਦੇ ਨਾਂ ਦੇ ਉੱਤੇ ਰੱਖ ਦਿੱਤਾ ਗਿਆ। ਸਾਵਰਕਰ ਬਾਰੇ ਮੈਂ ਸਿਰਫ ਇੰਨਾ ਕਹਾਂਗਾ ਕਿ ਉਹਨਾਂ ਨੂੰ 2 ਵਾਰ ਉਮਰ ਕੈਦ ਹੋਈ ਸੀ। ਦੇਸ਼ ਦੇ ਵਿੱਚ 2 ਹੀ ਬੰਦੇ ਨੇ ਜਿਹਨਾਂ ਨੂੰ 2-2 ਵਾਰ ਉਮਰ ਕੈਦ ਅੰਗਰੇਜ਼ਾਂ ਦੇ ਰਾਜ ਵਿੱਚ ਹੋਈ, ਇੱਕ ਬਾਬਾ ਗੁਰਮੁਖ ਸਿੰਘ ਲਲਤੋਂ ਤੇ ਇੱਕ ਵੀਰ ਸਾਵਰਕਰ। ਬਾਬਾ ਗੁਰਮੁਖ ਸਿੰਘ ਲਲਤੋਂ ਨੇ 2 ਵਾਰ ਆਪਣੀ ਸਜ਼ਾ ਭੁਗਤੀ ਤੇ ਦੇਸ਼ ਦੇ ਵਿੱਚ ਬਾਅਦ ਦੇ ਵਿੱਚ ਵੀ ਸੰਘਰਸ਼ ਕਰਦੇ ਰਹੇ, ਕਾਂਗਰਸੀ ਸਰਕਾਰਾਂ ਨਾਲ ਵੀ ਕਰਦੇ ਰਹੇ।
और सावरकर जो दूजी बार सजा भुगत रहे थे वो सरकार को माफ़ी मंग के लिखती माफ़ी मंग के बाहर आ चुके थे और ये बावजूद आर एस एस वाले हिंदुत्व वाले भारत की पार्लीमेंट के बैठे बीजेपी वाले उन्होंने बहुत वड्डा देश भगत साबित करने की कोशिश करते हैं और जे कि तत्थों के आधार पर मनना भी पैदा तो आर एस एस के विद्वान बहस करते हैं कि वह उन्होंने स्ट्रैटजी सी स्ट्रैटजी के आधार के उत्ते तो एक बार शिवाजी मराठा ने भी औरंगजेब के दरबार के शामिल होना स्वीकार कर लिया बस वो स्ट्रैटजी से जिमें शिवाजी की स्ट्रैटजी से उमें सावरकर की स्ट्रैटजी से तत्थों को जिमें मर्जी तुम तोड़ मरोड़ सकते हो तुम कोई नहीं रोक सकता पर मेरे मुताबिक सुप्रीम कोर्ट ने देश भगती के नाँ के उत्ते जो फासिज्म चल रहा उसको ठल्लण का यत्न किया और इन्हें स्वागत योग समझना चाहिए। हरप्रीत जी एक चीज मैं ऐड करनी चाहूँगा जो इजाजत दो वो ये है कि बिल्कुल वो गल जिहड़ी तुसीं पहली मेरी डिबेट की कर रहे हो मेरा ख्याल मैं थिएटर वाली जिहड़ी खड़न की गल सी ओहदा नहीं मैं हाँ मेरे याद है कि मैं वो तायद की सी क्योंकि वो इशू आया है कि बाहरले डेलीगेट्स बारे मैं बिल्कुल ऐसी तायद की सी और अज भी करदा कि क्योंकि कि उन्होंने खड़े होना चाहिए जो बाकी लोग खड़े होंगे ने क्योंकि एक एक इंसानियत तौर पर भी एक समाजिक तौर पर भी और राष्ट्रीय पद्धर से भी गल मनण वाली है कि जो तुम किसी दूजे मुल्क जाने तो तुहानू उत्थे दीआं परंपरावां दा जिवें शरदीप जी ने कहा परंपरावां बन गई है परंपरावां दा सत्कार करना चाहिए ईवन ही आपां एक मेहमान के तौर पर भी किसी के घर जाने उत्थे साडी कोशिश हुंदी है कि उस घर दीआं परंपरावां दा सत्कार करिए। एक वारी टोकना चाहूंगा उधर जिहड़ी बहस आ सुप्रीम कोर्ट दे आए फैसले उत्ते कर रहे हैं सुप्रीम कोर्ट द्वारा यह फैसला थोपा मैं थोपिया जाना वर्ड इस्तेमाल कर रहा सुप्रीम कोर्ट द्वारा एक कहे जाए यह फैसला करना कि राष्ट्रीय गान प्ले किया जाएगा तो हर बंदे नू खड़ा होना पाऊगा जो राष्ट्रीय गान चल रहा है ईवन दो कि जो आर्टिकल आ इंडियन कॉन्स्टिट्यूशन के मुताबिक उहदे विच भी ये नहीं लिखिया उदन बहस ये कि सुप्रीम कोर्ट द्वारा आया है फैसला सही आ या गलत आ। हाँ जो फॉरन तो डेलीगेट आए ने उस बहस का एक पार्ट जरूर सी पर जे अज सुप्रीम कोर्ट आ पाता वा कि खड़े होने की लोड़ नहीं आ ते मूवीज तो पहला थिएटर विच फिल्म पिक्चर फिल्म या डॉक्यूमेंट्री चलन तो सॉरी पिक्चर फिल्म चलन तो पहला जो राष्ट्रीय गान बजाउन दा ऑर्डर सी वो कैंसल कर रहा वा ते किते ना किते जो तुसी कह रहे जो अपने आप नूं डिफेंड करन दी कोशिश कर रहे जो तुसी भी उस बहस दा हिस्सा जो जो डिबेट उदन साडी चल रही सी सुप्रीम कोर्ट दे फैसले दे खिलाफ बिल्कुल उस दिन मैं परंपरा दी गल की अज भी हो रही है उस दिन भी हो रही है करिए वो गलत होएगा ऐसे तौर पे जब कोई बात कर रहा है तो आगे तो मेरा कहना बुरा नहीं अपनी गल रोक के सुन सको तो पर ये जेडी गल थिएटर दी है कि जबरदस्ती चलाना पड़ेगा जबरदस्ती खड़े होना पड़ेगा मैं उस दिन भी उस गल सही नहीं कहा और अज भी मैं उस चीज नू सही नहीं कहा हैगा क्योंकि उत्थे वो माहौल ही नहीं हुंदा हैगा। हरप्रीत जी जे हुण मैनूं अजीत जी थोड़ा बोलण दा मौका दे देण तां मैं अपनी गल करनी चाहांगा रवायतां दे आधार दे उत्ते वी मैं तां रोके ही नहीं मंदिर दे विच मूर्ति पूजा करना एक रवायत आ पर की एक सिख ते मुसलमान दे उत्ते ओह शर्त लाई जा सकदी आ जे एक सिख दे उत्ते ओह शर्त नहीं लाई जा सकदी मुसलमान दे उत्ते मूर्ति पूजा दी मंदिर च शर्त नहीं लाई जा सकदी ते भारत आ के बरतानिया दे किसे बंदे नू सिर झुकाउण दी की जरूरत है साडे राष्ट्रीय गान नू जां सानू उहनां दे राष्ट्रीय गान अगे सिर झुकाउण दी की जरूरत है रवायतां नू भी तुसीं आखिरकार अगले दी जिहड़ी बेसिक कमिटमेंट आ उहदे नाल उह तोड़ के लागू नहीं कर सकदे इह विदेशियां नूं राष्ट्रीय गान च खड़े होण लई कहिंदे आ तां असीं उहनां दे उत्ते अपनी आस्था ठोक रहे आ अपनी देश भगती ठोस रहे आ फिर तां मंदिरां नूं भी हक आ कि उह मेरे उत्ते अपनी जिहड़ी हैगी मंदिर दी आस्था ठोस देण कि मैनूं भी मूर्ति अगे नतमस्तक होना पवे हर सिख नूं होना पवे हर मुसलमान होना पवे वन सबन्नता का मतलब भी यह है देशों की नेशन स्टेट का मतलब भी यह है कि मैं अपनी नेशन लई जिम्मेवार हाँ मैं दूसरे की नेशन के लिए जिम्मेवार नहीं हाँ दूसरी नेशन के नाल मैनू भाईचारा जरूर रखना चाहिए पर मैं उस भाईचारे के हर परंपरा को स्वीकार करा यह कोई जरूरी नहीं है और उन्हों भी उदों भी मैं गलत कह रहा हूँ भी गलती कह रहा
ਉਹ ਸ਼ਬਦੀਤ ਜੀ ਉਹ ਹਰ ਪਰੰਪਰਾ ਦਾ ਮਤਲਬ ਲੈ ਨਹੀਂ ਹੈਗਾ ਕਿ ਸਾਰੇ ਮੁਲਕਾਂ ਦੀਆਂ ਪਰੰਪਰਾਵਾਂ ਨੂੰ ਜਦੋਂ ਕੋਈ ਸੈਰੇਮਨੀ ਹੁੰਦੀ ਹੈ ਜੇ ਸੈਰੀਮੋਨੀਅਲ ਕੁਇਸ਼ਨ ਦੇ ਉੱਤੇ ਤੁਸੀਂ ਕਿਸੇ ਹੋਰ ਮੁਲਕ ਵੀ ਜਾਓਗੇ ਤਾਂ ਤੁਹਾਨੂੰ ਪਰੰਪਰਾਵਾਂ ਦਾ ਸਤਿਕਾਰ ਉੱਥੇ ਕਰੋਗੇ ਹੀ ਕਰੋਗੇ ਤੁਸੀਂ ਇਹ ਤੁਹਾਡੀ ਆਪਸ਼ਨ ਹੈ ਤੁਸੀਂ ਉਹ ਤੋਂ ਬਾਹਰ ਹੋ ਸਕਦੇ ਹੋ ਤੁਸੀਂ ਮੰਦਰ ਦੀ ਗੱਲ ਕੀਤੀ ਹੈ ਕੋਈ ਇਹ ਜ਼ਰੂਰੀ ਨਹੀਂ ਕਿ ਸਿੱਖ ਮੰਦਰ 'ਚ ਜਾਵੇ ਜਾਂ ਹਿੰਦੂ ਗੁਰਦੁਆਰਾ ਸਾਹਿਬ 'ਚ ਜਾਵੇ ਪਰ ਜੇ ਜਾਂਦਾ ਹੈ ਤਾਂ ਤੁਸੀਂ ਹਮੇਸ਼ਾ ਵੇਖਦੇ ਹੋ ਕਿ ਹਰ ਕੋਈ ਉੱਥੇ ਦੀ ਪਰੰਪਰਾਵਾਂ ਦਾ ਸਤਿਕਾਰ ਕਰਦਾ ਹੈ ਨਹੀਂ ਤਾਂ ਆਪਟ ਆਊਟ ਕਰ ਸਕਦਾ ਕੋਈ ਜ਼ਰੂਰੀ ਨਹੀਂ ਹੈਗਾ ਜਾਣਾ ਜੇ ਬਾਹਰੋਂ ਡੈਲੀਗੇਟ ਆਉਂਦੇ ਨੇ ਜਾਂ ਹਿੰਦੁਸਤਾਨ ਬਾਹਰ ਜਾਂਦੇ ਹਿੰਦੁਸਤਾਨੀ ਬਾਹਰ ਜਾਂਦੇ ਨੇ ਜੇ ਅੱਜ ਵੀ ਹਿੰਦੁਸਤਾਨੀ ਨੂੰ ਕਿਸੇ ਬੁਕਿੰਗਮ ਪੈਲਸ ਦੇ ਵਿੱਚ ਉੱਥੇ ਦੀ ਮਹਾਰਾਣੀ ਨੂੰ ਮਿਲਣਾ ਪਵੇ ਤਾਂ ਜੋ ਪੈਲਸ ਦੇ ਜਿਹੜੇ ਉੱਥੇ ਰਵਾਇਤਾਂ ਨੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨੀ ਕਰੋਗੇ ਤੁਸੀਂ ਉੱਥੇ ਜਾ ਕੇ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਹਿੰਦੇ ਹੋ ਮੈਂ ਪਾਲਣਾ ਕਰਨੀ ਹੈ ਸਰਕਾਰੀ ਸਮਾਗਮ ਦੀ ਗੱਲ ਨਹੀਂ ਆਪਾਂ ਕਰ ਰਹੇ ਇਹ ਜਿਹੜਾ ਫੈਸਟੀਵਲ ਹੋ ਰਿਹਾ ਸੀ ਉਹ ਪ੍ਰਾਈਵੇਟ ਸੰਸਥਾ ਕਰਵਾ ਰਹੀ ਸੀ ਉਹ ਕੋਈ ਸਰਕਾਰੀ ਸਮਾਗਮ ਨਹੀਂ ਸੀ ਕਿ ਉਹਦੇ ਉੱਤੇ ਦੇਸ਼ ਭਗਤੀ ਪੋਸਟ ਦਿੱਤੀ ਜਾਵੇ ਜੇ ਕੋਈ ਰਾਜਦੂਤ ਆਉਂਦਾ ਵਾ ਉਹ ਉਹ ਪਰੰਪਰਾ ਦਾ ਪਾਲਣ ਕਰਦਾ ਉਹ ਦੇਸ਼ਾਂ ਦੀ ਇੱਕ ਸਮਰੱਥਾ ਹੋ ਸਕਦੀ ਹੈ ਪਰ ਇਹ ਪ੍ਰਾਈਵੇਟ ਹੋਣ ਵਾਲੇ ਸਮਾਗਮਾਂ ਦੇ ਵਿੱਚ ਦੇਸ਼ ਭਗਤੀ ਪੋਸਟੀ ਜਾਵੇ ਜ਼ਰੂਰੀ ਨਹੀਂ ਹੈ ਤੁਸੀਂ ਇੱਕ ਨਾਲ ਜੋੜ ਕੇ ਗੱਲ ਕਰਦੇ ਹੋ ਮੈਂ ਇੱਕ ਨਾਲ ਜੋੜ ਕੇ ਨਹੀਂ ਗੱਲ ਕਰ ਰਿਹਾ ਓਕੇ ਥੋੜੀ ਜੀ ਆਪਾਂ ਇਸ ਮੁੱਦੇ ਤੇ ਸਾਰੀ ਡਿਬੇਟ ਕਰ ਸਕਦੇ ਹਾਂ ਠੀਕ ਹੋਣ ਦੀ ਆਦਤ ਹੈ ਭਾਵੇਂ ਜਿੱਦਾਂ ਮਰਜ਼ੀ ਹੋਣ ਦੀ ਕੋਸ਼ਿਸ਼ ਕਰਦੇ ਹੋ ਉਹ ਲੱਗੋ ਕੋਈ ਨਹੀਂ ਪ੍ਰੋਬਲਮ